ਪਤਾ ਲਿਖੀਆਂ ਕੱਲ੍ਹ ਜਿਤਾਈਆਂ ਸੀ ਵੀ ਇਹ ਹੋਣਾ ਚਾਹੀਦਾ, ਆਪਾਂ ਉਹਨੇ ਧਿਆਨ 'ਚ ਲਿਆ ਤੀਆਂ, ਉਹਨਾਂ ਕਹਿੰਦੇ ਵੀ ਇਹਨਾਂ ਨੂੰ ਅਸੀਂ ਡਿਸਕਸ ਕਰਕੇ ਤੁਹਾਨੂੰ ਸਾਰਿਆਂ ਦਾ ਹੱਲ ਲੱਭਾਂਗੇ ਜੋ ਆਪਾਂ ਕਿਹਾ। ਹਾਂਜੀ, ਹਰ ਵਾਰ ਭਰੋਸਾ ਜੋ ਜਿਤਾਇਆ ਜਾਂਦਾ ਫਿਰ ਵੀ ਜਿਹੜੀ ਕਾਰਵਾਈ ਹੈ ਉੱਥੇ ਹੀ ਖੜੀ ਰਹਿੰਦੀ ਹੈ, ਕੀ ਕਹਿਣਾ ਚਾਹੋਗੇ? ਦੇਖੋ, ਉਮੀਦ ਤਾਂ ਇਹੀ ਕਰਦੇ ਹਾਂ ਵੀ ਇੱਥੇ ਅਮਲ ਵਧੀਆ ਹੋਊਗਾ, ਪਰ ਹੁਣ ਅੱਗੇ ਸਰਕਾਰ ਅਤੇ ਅਫਸਰਾਂ ਦੇ ਉੱਤੇ ਨਿਰਭਰ ਕਰਦਾ। ਮਾਨ ਸਾਹਿਬ ਕਹਿੰਦੇ ਆ ਵੀ ਸਾਰੇ ਜਿਹੜੇ ਦੋਸ਼ੀ ਨੇ ਫੜ ਲਏ, ਮਾਨ ਸਾਹਿਬ ਨੇ ਵੀ ਅੱਜ ਬਿਆਨ ਦਿੱਤਾ ਗਾ ਵੀ ਸਾਰੇ ਦੋਸ਼ੀ ਫੜ ਲਏ, ਦੋ ਰਹਿੰਦੇ ਨੇ ਉਹਨਾਂ ਨੂੰ ਵੀ ਫੜਿਆ ਜਾਊਗਾ, ਕੀ ਕਹਿਣਾ ਚਾਹੁੰਦੇ? ਉਹ ਤਾਂ ਅਸੀਂ ਪਹਿਲੇ ਆਪ ਹੀ ਖੁਦ ਹੀ ਕਹੀ ਜਾਂਦੇ ਵੀ ਜਿਹੜੇ ਫਿਜੀਕਲ ਅਸਾਲਟ ਵਾਲੇ ਉਹ ਤਾਂ ਫੜੇ ਗਏ, ਸਾਡੀ ਜਿਹੜੀ ਮਨਸ਼ਾ ਅੰਦਰਲੀ ਉਹ ਇਹ ਹੈ ਵੀ ਮਾਸਟਰ ਮਾਇੰਡ ਕਰਵਾਇਆ ਕਿੰਨਾ ਨੇ ਆ, ਸਾਡਾ ਸਵਾਲ ਉੱਧਰ ਨੂੰ ਜਾਂਦਾ ਹੈ, ਉਹ ਤਾਂ ਫੜੇ ਗਏ, ਉਹਨਾਂ ਲਈ ਤਾਂ ਅਸੀਂ ਖੁਦ ਵੀ ਸਹਿਮਤ ਹਾਂ ਇਸ ਗੱਲ ਲਈ। ਮੁਕਰਨਗੇ ਇਸ ਗੱਲ ਤੋਂ ਕੋਈ ਆਪਣੇ ਪੱਲੇ, ਫਿਰ ਨਹੀਂ ਪਊਗੀ, ਫਿਰ ਉਹ ਗੱਲ ਨਹੀਂ। ਹੁਣ ਕੀ ਡੀਜੀਪੀ ਸਾਹਿਬ ਨੂੰ ਤੁਸੀਂ ਮਿਲੋਗੇ ਦੁਬਾਰਾ ਜਾਂ ਆਈਜੀ ਸਾਹਿਬ ਘਰੇ ਤਸੱਲੀ ਕਰਾ ਕੇ ਵੀ ਨਹੀਂ ਮਿਲ? ਧਿਆਨ ਚ ਲਿਆਂਦੀ ਹੈ, ਜੇ ਉਹਨੂੰ ਟਾਈਮ ਦਵਾਤਾ ਤਾਂ ਜ਼ਰੂਰ ਮਿਲ ਕੇ ਆਊਂਗਾ। ਹੁਣ ਕੀ ਕਿਹਾ ਗਿਆ ਤੁਹਾਡਾ, ਕੀ ਗੱਲਬਾਤ ਹੋਈ ਆ ਗੱਲਬਾਤ? ਉਹੀ ਹੈ ਜੀ, ਮਤਲਬ ਹੁਣ ਮੈਂ ਉਹ ਸੁਣਵਾਈ ਨੇ ਨਹੀਂ ਦੱਸ ਸਕਦਾ ਵੀ ਜਿਹੜੀ ਜਿਵੇਂ ਜਿਵੇਂ ਜੋ ਸਾਡੀਆਂ ਮਨ ਦੇ ਵਿੱਚ ਵਹਿਮ ਭਰਮ ਸੀਗੇ, ਜਿਵੇਂ ਮੈਂ ਕੱਲ੍ਹ ਸੰਡੇ ਨੂੰ ਬੋਲਿਆ ਉਹਦੇ ਵੀ ਉਹਨਾਂ ਦੇ ਰਿਗਾਰਡਿੰਗ ਸਾਰੀ ਗੱਲ। ਕੀ ਜਾਂਚ ਦੇ ਲਈ ਵੀ ਦੁਬਾਰਾ ਕੋਈ ਗੱਲ ਹੋਈ ਹੈ ਵੀ ਦੁਬਾਰਾ ਜਾਂਚ, ਜਿਸ ਤਰ੍ਹਾਂ ਕੱਲ੍ਹ ਸਵਾਲ ਉਠਾਏ ਸੀ ਵੀ ਜਾਂਚ ਦੇ ਵਿੱਚ ਜਿਵੇਂ CI ਦੁਬਾਰਾ ਜਿਵੇਂ ਕੋਈ ਆਪਾਂ ਪ੍ਰਿਤਪਾਲ ਦੇ ਉੱਤੇ ਸਵਾਲ ਖੜੇ ਕਰਦੇ ਹਾਂ, ਜਦ ਵੀ ਜੇ ਜਿਹੜੀ ਕੋਈ ਉਹਨੇ ਕੋਈ ਕਮੀ ਪੇਸ਼ੀ ਛੱਡੀ ਉਹਨੂੰ ਦੁਬਾਰਾ ਬਾਚੋ, ਇਹਦੇ ਬਾਰੇ ਵੀ ਗੱਲ। ਡਿਪਟੀ ਸਾਹਿਬ ਵੀ ਲਿਆਂਦਾ ਜਾਵੇਗਾ ਇੱਥੇ ਮਾਨਸਾ, ਦੀਪਕ ਟੀਨੂ ਨੂੰ ਮਾਨਸਾ ਲਿਆਂਦਾ ਜਾਵੇਗਾ, ਲੱਗਦਾ ਕਿਤੇ ਹੋਰ ਉਹਦੀ ਜਾਂਚ ਕਿਵੇਂ? ਨਹੀਂ, ਉਹਦੇ ਬਾਰੇ ਦੀਪਕ ਟੀਨੂ ਤਾਂ ਮੈਂ ਮੇਰਾ ਕੋਈ ਏਡਾ ਖਾਸ ਉਹਦੇ ਪ੍ਰਤੀ ਜਵਾਬ ਹੈ ਨਹੀਂ ਸੀ, ਹੋਰ ਟੀਨੂ ਹੀ ਬਹੁਤ ਨੇ ਜਿਹੜੇ ਆਪਾਂ ਕਰਾਉਣੇ ਆ। ਡੀਜੀਪੀ ਸਾਹਿਬ ਨਾਲ ਗੱਲ ਕਰਾਈ ਹੈ, ਇਹ ਤੋਂ ਪੁੱਛਿਆ ਜਾਵੇ, ਇਹ ਤੋਂ ਗੱਲ ਨਿਕਲ ਸਕਦੀ ਹੈ, ਇਹ ਤੋਂ ਮਤਲਬ ਹੈ ਨਾ, ਉਹਨਾਂ ਨੂੰ ਵੀ ਘੱਟੋ ਘੱਟ ਆਪਾਂ ਇਨਵੈਸਟੀਗੇਸ਼ਨ ਦੇ ਘੇਰੇ 'ਚ ਲੈ ਕੇ ਆਈਏ। ਹੰਗੋਲਡੀ ਉਹ ਬਾਹਰ ਬੈਠਾ, ਕਨਵਰ ਬਾਹਰ ਬੈਠਾ, ਜੋਤੀ ਬਾਹਰ ਬੈਠਾ, ਇਹਨਾਂ 'ਚ ਵੀ ਕੀ ਲੱਗਦਾ ਜਿਹੜਾ ਤੁਸੀਂ ਸਮਾਂ ਦਿੱਤਾ ਸਰਕਾਰ ਨੂੰ, ਵੀ ਕੀ ਲੱਗਦਾ ਵੀ ਉਸ ਸਮੇਂ ਦੇ ਵਿੱਚ ਪੂਰਾ ਹੋ ਸਕੇਗੀ ਸਾਰੀ ਕਾਰਵਾਈ? ਮੈਂ ਤਾਂ ਉਮੀਦ ਕਰਦਾ ਵੀ ਹੋਊਗਾ, ਬਾਕੀ ਅੱਗੇ ਇਹਨਾਂ ਨੇ ਦੱਸਣਾ ਵੀ ਹੁੰਦਾ ਕਿ ਨਹੀਂ ਹੁੰਦਾ। ਜਿਹੜੇ ਐਕਸ਼ਨ ਦੀ ਗੱਲ ਕਹੀ ਗਈ ਸੀ, ਕੀ ਲੱਗਦਾ ਵੀ ਜੇ ਮਹੀਨੇ ਦੇ ਅੰਦਰ ਨਹੀਂ ਆਉਂਦਾ ਤਾਂ ਕੋਈ ਐਕਸ਼ਨ ਜਿਹੜਾ ਸਾਹਮਣੇ ਆਊਗਾ ਪਰਿਵਾਰ ਵੱਲੋਂ? ਐਕਸ਼ਨ ਦਾ ਆਪਣੇ ਕੋਲ ਤਾਂ ਧਰਨੇ ਮੁਜ਼ਾਰੇ ਹੁੰਦੇ, ਫਿਰ ਉਹ ਕੋਈ ਦੇਖ ਲਾਂਗੇ, ਜੇ ਕੋਈ ਨਹੀਂ ਹਿਸਾਬ ਚਾਹੂਗੀ ਉਹੋ ਜਿਹੀ ਗੱਲ। ਡੀਜੀਪੀ ਸਾਹਿਬ ਨਾਲ ਵੀ ਗੱਲ ਕਰਾਈਏ ਤੁਹਾਡੀ? ਨਹੀਂ, ਅੱਜ ਹੋ ਕਿਸੇ ਵਰਜੇ ਮੈਂ ਕਰਕੇ ਹੋ ਨਹੀਂ ਸਕੀ, ਹੋ ਜੂਗੀ ਕੋਈ ਗੱਲ, ਉਹਨੂੰ ਮਿਲ ਵੀ ਲਵਾਂਗੇ ਕੋਈ ਗੱਲ। ਜਿਵੇਂ ਹੀ ਸਿੱਧੂ ਪਰਿਵਾਰ ਸਖ਼ਤ ਰੂਪ ਅਪਣਾਉਂਦਾ ਉਹਦੀ ਕੋਈ ਨਾ ਕੋਈ ਅਧਿਕਾਰੀ ਪਹੁੰਚਦਾ, ਉਸ ਤੋਂ ਬਿਨਾਂ ਕੋਈ ਅਧਿਕਾਰੀ ਨਹੀਂ ਪਹੁੰਚਦਾ ਜੀ, ਕੀ ਕਹਿਣਾ ਚਾਹੋਗੇ? ਦੇਖੋ ਜੀ, ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ, ਚੀਕ ਤਾਂ ਮਾਰਨੀ ਪੈਂਦੀ ਹੈ, ਫਿਰ ਤੁਸੀਂ ਵੀ ਸਿਆਣੇ ਹੋ। ਚਲ ਬਸ, ਬਹੁਤ ਆਪਾਂ ਡੀ ਜੀ ਸਾਹਿਬ ਨੂੰ ਮਿਲਣਾ ਹੈ, ਆਪਣਾ ਡੀ ਜੀ ਪੀ ਸਾਹਿਬ ਨੂੰ। ਹਾਂਜੀ, ਉਹਦੇ ਸੰਬੰਧ 'ਚ ਸੀਗੀ, ਬਾਕੀ ਜਿੰਨੇ ਆਪਾਂ ਤਲਖੀਆਂ ਕੱਲ੍ਹ ਜਿਤਾਈਆਂ ਸੀ ਵੀ ਇਹ ਹੋਣਾ ਚਾਹੀਦਾ, ਆਪਾਂ ਉਹਨੇ ਧਿਆਨ 'ਚ ਲਿਆ ਤੀਆਂ, ਉਹਨਾਂ ਕਹਿੰਦੇ ਵੀ ਇਹਨਾਂ ਨੂੰ ਅਸੀਂ ਡਿਸਕਸ ਕਰਕੇ ਤੁਹਾਨੂੰ ਸਾਰਿਆਂ ਦਾ ਹੱਲ ਲੱਭਾਂਗੇ, ਜੋ ਆਪਾਂ ਕਿਹਾ। ਹਾਂਜੀ, ਹਰ ਵਾਰ ਭਰੋਸਾ ਜੋ ਜਿਤਾਇਆ ਜਾਂਦਾ ਫਿਰ ਵੀ ਜਿਹੜੀ ਕਾਰਵਾਈ ਹੈ ਉੱਥੇ ਹੀ ਖੜੀ ਰਹਿੰਦੀ ਹੈ, ਕੀ ਕਹਿਣਾ ਚਾਹੋਗੇ? ਦੇਖੋ, ਉਮੀਦ ਤਾਂ ਇਹੀ ਕਰਦੇ ਹਾਂ ਵੀ ਇੱਥੇ ਅਮਲ ਵਧੀਆ ਹੋਊਗਾ, ਪਰ ਹੁਣ ਅੱਗੇ ਸਰਕਾਰ ਅਤੇ ਅਫਸਰਾਂ ਦੇ ਉੱਤੇ ਨਿਰਭਰ ਕਰਦਾ। ਮਾਨ ਸਾਹਿਬ ਕਹਿੰਦੇ ਆ ਵੀ ਸਾਰੇ ਜਿਹੜੇ ਦੋਸ਼ੀ ਨੇ ਫੜ ਲਏ, ਮਾਨ ਸਾਹਿਬ ਨੇ ਵੀ ਅੱਜ ਬਿਆਨ ਦਿੱਤਾ ਗਾ ਵੀ ਸਾਰੇ ਦੋਸ਼ੀ ਫੜ ਲਏ, ਦੋ ਰਹਿੰਦੇ ਨੇ ਉਹਨਾਂ ਨੂੰ ਵੀ ਫੜਿਆ ਜਾਊਗਾ, ਕੀ ਕਹਿਣਾ ਚਾਹੋਗੇ? ਉਹ ਤਾਂ ਅਸੀਂ ਪਹਿਲੇ ਆਪ ਹੀ ਖੁਦ ਹੀ ਕਹੀ ਜਾਂਦੇ ਵੀ ਜਿਹੜੇ ਫਿਜੀਕਲ ਅਸਾਲਟ ਵਾਲੇ ਉਹ ਤਾਂ ਫੜੇ ਗਏ, ਸਾਡੀ ਜਿਹੜੀ ਮਨਸ਼ਾ ਅੰਦਰਲੀ ਉਹ ਇਹ ਹੈ ਵੀ ਮਾਸਟਰ ਮਾਇੰਡ ਕਰਵਾਇਆ ਕਿੰਨਾ ਨੇ ਆ, ਸਾਡਾ ਸਵਾਲ ਉੱਧਰ ਨੂੰ ਜਾਂਦਾ, ਉਹ ਤਾਂ ਫੜੇ ਗਏ, ਉਹਨਾਂ ਲਈ ਤਾਂ ਅਸੀਂ ਖੁਦ ਵੀ ਸਹਿਮਤ ਹਾਂ ਇਸ ਗੱਲ ਲਈ। ਮੁਕਰਨਗੇ ਇਸ ਗੱਲ ਤੋਂ ਕੋਈ ਆਪਣੇ ਪੱਲੇ, ਫਿਰ ਨਹੀਂ ਪਊਗੀ, ਫਿਰ ਉਹ ਗੱਲ। ਹੁਣ ਕੀ ਡੀਜੀਪੀ ਸਾਹਿਬ ਨੂੰ ਤੁਸੀਂ ਮਿਲੋਗੇ ਦੁਬਾਰਾ ਜਾਂ ਆਈਜੀ ਸਾਹਿਬ ਘਰੇ ਤਸੱਲੀ ਕਰਾ ਕੇ ਵੀ ਨਹੀਂ ਮਿਲ? ਧਿਆਨ ਚ ਲਿਆਂਦੀ ਹੈ, ਜੇ ਉਹਨੂੰ ਟਾਈਮ ਦਵਾਤਾ ਤਾਂ ਜ਼ਰੂਰ ਮਿਲ ਕੇ ਆਊਂਗਾ। ਹੁਣ ਕੀ ਕਿਹਾ ਗਿਆ ਤੁਹਾਡਾ, ਕੀ ਗੱਲਬਾਤ ਹੋਈ ਆ ਆਈਜੀ ਸਾਹਿਬ? ਗੱਲਬਾਤ ਉਹੀ ਹੈ ਜੀ, ਮਤਲਬ ਹੁਣ ਮੈਂ ਉਹ ਸੁਣਵਾਈ ਨੇ ਨਹੀਂ ਦੱਸ ਸਕਦਾ ਵੀ ਜਿਹੜੀ ਜਿਵੇਂ ਜਿਵੇਂ ਜੋ ਸਾਡੀਆਂ ਮਨ ਦੇ ਵਿੱਚ ਵਹਿਮ ਭਰਮ ਸੀਗੇ, ਜਿਵੇਂ ਮੈਂ ਕੱਲ੍ਹ ਸੰਡੇ ਨੂੰ ਬੋਲਿਆ ਉਹਦੇ ਵੀ ਉਹਨਾਂ ਦੇ ਰਿਗਾਰਡਿੰਗ ਸਾਰੀ ਗੱਲ। ਕੀ ਜਾਂਚ ਦੇ ਲਈ ਵੀ ਦੁਬਾਰਾ ਕੋਈ ਗੱਲ ਹੋਈ ਹੈ ਵੀ ਦੁਬਾਰਾ ਜਾਂਚ, ਜਿਸ ਤਰ੍ਹਾਂ ਕੱਲ੍ਹ ਸਵਾਲ ਉਠਾਏ ਸੀ ਵੀ ਜਾਂਚ ਦੇ ਵਿੱਚ ਜਿਵੇਂ CI ਦੁਬਾਰਾ ਜਿਵੇਂ ਕੋਈ ਆਪਾਂ ਪ੍ਰਿਤਪਾਲ ਦੇ ਉੱਤੇ ਸਵਾਲ ਖੜੇ ਕਰਦੇ ਹਾਂ, ਜਦ ਵੀ ਜੇ ਜਿਹੜੀ ਕੋਈ ਉਹਨੇ ਕੋਈ ਕਮੀ ਪੇਸ਼ੀ ਛੱਡੀ ਉਹਨੂੰ ਦੁਬਾਰਾ ਬਾਚੋ, ਇਹਦੇ ਬਾਰੇ ਵੀ ਗੱਲ। ਡੀਜੀਪੀ ਸਾਹਿਬ ਵੀ ਲਿਆਂਦਾ ਜਾਵੇਗਾ ਇੱਥੇ ਮਾਨਸਾ, ਦੀਪਕ ਟੀਨੂ ਨੂੰ ਮਾਨਸਾ ਲਿਆਂਦਾ ਜਾਵੇਗਾ, ਲੱਗਦਾ ਕਿਤੇ ਹੋਰ ਉਹਦੀ ਜਾਂਚ
लगभग सारे बाहर ने जगू ते लॉरेंस नूं बोला तां सरकारी जे लगदे मैनूं उहनां ते तां कोई कारवाई शायद ही होवे। गोल्डी ओह बार बैठा है, कनवर बार बैठा है, ज्योति बार बैठा है, इहनां ते वी की लगदा जिहड़ा तुसीं समां दित्ता सरकार नूं वी की लगदा वी उस समें दे विच पूरा हो सकेगी सारी कारवाई? मैं तां उम्मीद करदा वी होऊगा, बाकी अगे इहनां ने दस्सना वी हुंदा कि नहीं हुंदा। जिहड़े एक्शन दी गल कही गई सी की लगदा वी जे महीने दे अंदर नहीं आउंदा तां कोई एक्शन जिहड़ा सामने आऊगा परिवार वल्लों? एक्शन दा अपने कोल तां धरने मुजारे हुंदे, फिर कोई देख लांगे जे कोई नहीं हिसाब जाऊगी ओही जी गल। डीजीपी साहब नाल भी गल कराई है तुहाडी? नहीं अज हो किसी वर जे मैं करके हो नहीं सकी, हो जाऊगी कोई गल, मिल भी लवांगे कोई गल। जिवें ही सिद्धू परिवार सख्त रुख अपनाउंदा है उहदी कोई ना कोई अधिकारी पहुँचदा, उस तो बिना कोई अधिकारी नहीं पहुँचदा जी, की कहना चाहोगे? देखो जी, रोए बिना तो माँ भी दुध नहीं दिंदी, चीक तो मारनी पैंदी है, फिर तुसीं भी सियाणे हो। चल बस बहुत।